ਕਮੇਟੀ ਦੀ ਅੱਛੀ ਸੋਚ ਹੈ ਕਿ ਕੋਈ ਕਿਤੋਂ ਆ ਕੇ, ਕੋਈ ਕਿਤੋਂ ਆ ਕੇ, ਕੋਈ ਪੰਜਾਬ ਤੋਂ, ਕੋਈ ਹਰਿਆਣੇ ਤੋਂ, ਕੋਈ ਦਿੱਲੀ ਤੋਂ, ਕੋਈ JNK ਤੋਂ ਤੇ ਕੋਈ ਹਿਮਾਚਲ ਦੇ ਦੂਜੇ ਡਿਸਟ੍ਰਿਕਟਾਂ ਤੋਂ ਆ ਕੇ ਮਾਲੀ ਕਰਦੇ ਆ ਲੋਕ ਪਹਿਲਵਾਨ। ਪਰ ਸਾਡੀ ਇੱਕੋ ਇੱਕ ਸੋਚ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਜਿਹੜੇ ਵੱਡੇ ਪਹਿਲਵਾਨ ਪੈਦਾ ਹੋਣ। ਹੁਣ ਮੈਂ ਸੁਰਮੋ ਭਗਵਾਨ ਨੂੰ ਬੇਨਤੀ ਕਰ ਰਹੀ ਹੈ ਕਿ ਭੱਜ ਕੇ ਮੈਦਾਨ ਵਿੱਚ ਪਹੁੰਚੇ, ਅਖਾੜੇ ਨੂੰ ਸਲਾਮੀ ਦੇਵੇ। ਸੁਰਮੋ ਹੁਸ਼ਿਆਰਪੁਰੀ ਆ ਪੰਜਾਬ ਦਾ ਪਹਿਲਵਾਨ ਸੁਰਮੋ, ਭੱਜ ਕੇ ਤਾੜੀਆਂ ਲਾ ਦਿਓ ਪਹਿਲਵਾਨ ਦੇ ਵਾਸਤੇ ਵੀ, ਤਾੜੀਆਂ ਲਾ ਦਿਓ ਕਿ ਤਾੜੀਆਂ ਜਦ ਵੱਜਦੀਆਂ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੱਗਿਆ ਦਾ ਇਹ ਦੁਨੀਆ ਪੁੱਜੇ ਯੋਧਿਆਂ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ, ਪੰਜੇ ਸ਼ੇਰਾਂ ਬਾਗਰਾ ਲੜਦੇ ਆ, ਦੇਖੋ ਚਮਕੂ ਕੌਣ ਸਤਾਰਾ, ਅੱਜ ਅੱਡੀ ਚੋਟੀ ਦਾ ਜ਼ੋਰ ਲੱਗੂ ਤੇ ਦੁਨੀਆ ਖੜ ਕੇ ਦੇਖੋ ਖੂਬ ਨਜ਼ਾਰਾ, ਦੁਨੀਆ ਖੜ ਕੇ ਦੇਖੋ ਖੂਬ ਨਜ਼ਾਰਾ। ਸਦਾਮ ਆ ਵੀ ਨੌਜਵਾਨਾਂ ਭੱਜ ਕੇ ਖਾਰੇ ਨੂੰ ਸਲਾਮੀ ਦੇ ਦੇ ਇੱਕ ਵਾਰ, ਸਦਾ ਹੁਸ਼ਿਆਰਪੁਰੀਆ ਤਾੜੀਆਂ ਲਾ ਦੇ ਪਹਿਲਵਾਨ ਦੇ ਵਾਸਤੇ। ਪਹਿਲਵਾਨ ਇੱਥੇ ਆ ਕੇ ਕੋਈ ਆਰਗੂਮੈਂਟ ਨਾ ਕਰੋ, ਆਪਣਾ ਜਿਹੜਾ ਘੋਲ ਲਾਓ, ਆਪਣਾ ਬੈਠੋ ਆਪਣੀ ਸੀਟ ਤੇ ਜਾ ਕੇ ਪਲੀਜ਼। ਇੱਥੇ ਸਟੇਜ ਤੇ ਆ ਕੇ ਕੋਈ ਆਰਗੂਮੈਂਟ ਨਹੀਂ ਪਲੀਜ਼। ਇਹ ਛਿੰਝ ਕਮੇਟੀ ਦੀ ਇੱਕ ਛਿੰਝ ਕਮੇਟੀ ਦੀ ਮਰਜ਼ੀ ਹੈ ਨਾ, ਅਸੀਂ ਕਿਆ ਦੇਣਾ, ਕਿਆ ਕਰਨਾ, ਕਿਆ ਨਹੀਂ ਕਰਨਾ, ਤੁਸੀਂ ਪਲੀਜ਼ ਆਪਣਾ ਘੋਲ ਲਾਓ ਔਰ ਬੈਠ ਜਾਓ। ਓਕੇ, ਬਹੁਤ ਬਹੁਤ ਧੰਨਵਾਦ। ਨੋਟ ਕਰੋ ਜੀ, ਸਾਡੀ ਦੰਗਲ ਕਮੇਟੀ ਵੱਲੋਂ ਜਿੰਨਾ ਵੀ ਮਾਨ ਤਾਨ ਬਾਬਾ ਜੀ ਦਾ ਤਿਲ ਫੁੱਲ, ਬਾਬਾ ਜੀ ਦਾ ਪ੍ਰਸ਼ਾਦ ਦਿੱਤਾ ਜਾਵੇ ਉਹ ਸਵੀਕਾਰ ਕਰਨਾ ਪੈਣਾ। ਹਾਂਜੀ, ਭਾਈ ਜਗਿੰਦਰ ਸਿੰਘ ਮਨਕੋਟੀਆ ਜੀ ਔਰ ਰਵਿੰਦਰ ਸਿੰਘ ਜੀ ਵੀ ਇੱਥੇ ਪਹੁੰਚੇ, ਉਹਨਾਂ ਦਾ ਵੀ ਇੱਥੇ ਆਉਣ ਦੇ ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਧੰਨਵਾਦ। ਸਾਰੇ ਹੀ ਮਿੱਤਰ ਸੱਜਣ ਪ੍ਰੇਮੀ ਸਾਡੀ ਨਿਵਾਸੀ ਇਲਾਕਾ ਨਿਵਾਸੀ ਇੱਥੇ ਆ ਰਹੇ ਹੈ।